ਮੈਂ ਵਾਜਾ ਮਾਰ ਮਾਰ ਥੱਕ ਗਈ ਵੇ ਤੂੰ ਮੁੜ ਕੇ ਨਾ ਵੇਨਾ ਏ ਵੇ ਗੱਲ ਦਿਲ ਵਾਲੀ ਦੱਸ ਵੇ ਗੱਲ ਦਿਲ ਵਾਲੀ ਦੱਸ ਕਾਤੋਂ ਚੁੱਪ ਚੁੱਪ ਰਹਿਣਾ ਏ ਵੇ ਕਾਤੋਂ ਚੁੱਪ ਚੁੱਪ ਰਹਿਣਾ ਏ ਵੇ ਮੇਰੇ ਚੰਨਾ ਵੇ ਸੋਹਣਿਆ ਵੇ ਮੇਰੇ ਚੰਨਾ ਵੇ ਸੋਹਣਿਆ ਮੈਂ ਦੱਸ ਕੀ ਕਰਾਂ ਮੈਂ ਦੱਸ ਕੀ ਕਰਾਂ ਵੇ ਮੇਰੇ ਚੰਨਾ ਵੇ ਸੋਹਣਿਆ ਮੈਂ ਦੱਸ ਕੀ ਕਰਾਂ ਮੈਂ ਦੱਸ ਕੀ ਕਰਾਂ ਬਹੁਤ ਖੂਬ ਬਹੁਤ ਖੂਬ ਸੋ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਅਮਿਤ ਸਨਾ ਜੀ ਜਿਨ੍ਹਾਂ ਨੇ ਆਪਣੇ ਗਾਇਕੀ ਦੇ ਸਫ਼ਰ ਵਿੱਚ ਬਹੁਤ ਮਿਹਨਤ ਕੀਤੀ ਅਤੇ ਅੱਜ ਸਾਡੇ ਨਾਲ ਸਾਡੇ ਸ਼ੋਅ ਵਿੱਚ ਚੜ੍ਹਦੇ ਸਿਤਾਰੇ ਜਿਸ ਸ਼ੋਅ ਦਾ ਨਾਮ ਹੈ ਉਹਨਾਂ ਵਿੱਚ ਗੱਲਬਾਤ ਕਰਨਗੇ ਸਵਾਗਤ ਕਰਦੇ ਹਾਂ ਅਮਿਤ ਸਨਾ ਜੀ ਦਾ ਸੋ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਸ਼ੋਅ ਵਿੱਚ ਸੋ ਮੇਰਾ ਪਹਿਲਾ ਸਵਾਲ ਤੁਹਾਡੇ ਗਾਇਕੀ ਦੀ ਸ਼ੁਰੂਆਤ ਕਿੱਥੋਂ ਹੋਈ ਪਹਿਲਾ ਸਟੈਪ ਜਿਹੜਾ ਤੁਸੀਂ ਗਾਇਕੀ ਦੀ ਫੀਲਡ ਵਿੱਚ ਲਿੱਤਾ ਉਹ ਕਿੱਦਾਂ ਲਿੱਤਾ ਪਹਿਲਾਂ ਤਾਂ ਜੀ ਮੈਂ ਜਦੋਂ ਮੈਂ ਛੋਟਾ ਸੀਗਾ ਕਾਫੀ ਬਚਪਨ ਤੋਂ ਮੈਂ ਥੋੜ੍ਹਾ ਸੀਗਾ ਮੈਨੂੰ ਕਾਫੀ ਹੱਦ ਤੱਕ ਸ਼ੌਂਕ ਸੀਗਾ ਅਤੇ ਫਿਰ ਮੈਂ ਦੇਖਿਆ ਕਿ ਮੈਨੂੰ ਦੱਸਿਆ ਕਿਸੇ ਨੇ ਕਿ ਕੋਈ ਟੀਚਰ ਨੇ ਜੋ ਕਿ ਜਿਹਨਾਂ ਕੋਲ ਮੈਂ ਸਿੱਖਦਾ ਮੇਰੇ ਉਸਤਾਦ ਜੀ ਨੇ ਅੰਮ੍ਰਿਤਸਰ ਤੋਂ ਹੀ ਨੇ ਮਨੀ ਸੂਫੀ ਜੀ ਉਹਨਾਂ ਦੀ ਅਕੈਡਮੀ ਤੋਂ ਮੈਂ ਤਾਲੀਮ ਲਿੱਤੀ ਹੈ ਜੋ ਕੁਛ ਵੀ ਆ ਮੈਨੂੰ ਲੱਗਾ ਕਿ ਸ਼ਾਇਦ ਵੇਟ ਕਰਵਾਉਣ ਦਾ ਸ਼ੌਂਕ ਤੁਹਾਨੂੰ ਸ਼ੁਰੂ ਤੋਂ ਆਇਆ ਤੁਸੀਂ ਸਾਡੇ ਤੁਹਾਨੂੰ ਦੱਸ ਦਈਏ ਕਿ ਸਾਡੇ ਇੰਟਰਵਿਊ ਲਈ ਵੀ ਸਰ ਨੇ ਸਾਨੂੰ ਬਹੁਤ ਵੇਟ ਕਰਾਈ ਹੈ ਤੇ ਅੱਜ ਇਹਨਾਂ ਦੇ ਗੀਤ ਮੈਨੂੰ ਲੱਗਾ ਕਿ ਸ਼ਾਇਦ ਇਹਨਾਂ ਦੀ ਪੁਰਾਣੀ ਰੀਤ ਚੱਲਦੀ ਆ ਰਹੀ ਹੈ ਕੁਝ ਬਸ ਇਦਾਂ ਹੀ ਕੋਈ ਗੱਲ ਨਹੀਂ ਤੇ ਜਦੋਂ ਤੁਹਾਡੇ ਜਿਹੜੇ ਗਰੁੱਪ ਹੈ ਸਿੰਗਿੰਗ ਦਾ ਗਰੁੱਪ ਹੈ ਉਹਨਾਂ 'ਚੋਂ ਕੋਈ ਵੱਡੇ ਲੈਵਲ 'ਤੇ ਵੀ ਪਹੁੰਚਿਆ ਜਾਂ ਫਿਰ ਹਾਂਜੀ ਵੱਡੇ ਲੈਵਲ 'ਤੇ ਜਿਹਨੂੰ ਕੋਈ ਮੁਕਾਮ ਮਿਲਿਆ ਹੋਵੇ ਹਾਂਜੀ ਹਾਂਜੀ ਬਿਲਕੁਲ ਜੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿੱਦਾਂ ਕਿ ਮੇਰੇ ਉਸਤਾਦ ਜੀ ਦੀ ਕਿਰਪਾ ਦੇ ਨਾਲ ਹਾਂਜੀ ਹਾਂਜੀ ਕਿ ਮੈਂ ਨਿੱਕੀ ਆਵਾਜ਼ ਪੰਜਾਬ ਦੀ MH1 ਤੇ ਜੋ ਕਿ ਚੈਨਲ ਰਿਐਲਿਟੀ ਸ਼ੋਅ ਚੱਲਿਆ ਸੀਗਾ ਉਹਦੇ ਵਿੱਚੋਂ ਮੈਂ ਸੈਕਿੰਡ ਵਿਨ ਕੀਤਾ ਓਕੇ ਤੇ ਉਹਨਾਂ ਨੇ ਤੁਹਾਨੂੰ ਕੋਈ ਪਲੇਟਫਾਰਮ ਨਹੀਂ ਦਿੱਤਾ ਅੱਗੇ ਪਲੇਟਫਾਰਮ ਕਿਉਂਕਿ ਉਹ ਕਹਿੰਦੇ ਹੁੰਦੇ ਇਨਾਮ 'ਚ ਕੋਈ ਨਾ ਕੋਈ ਗੀਤ ਕਟਵਾਵਾਂਗੇ ਜਾਂ ਕੁਛ ਬਿਲਕੁਲ ਹਾਂਜੀ ਉਹਦੇ ਜ਼ਰੀਏ ਸੀਗਾ ਉਹਨਾਂ ਦਾ ਕੋਈ ਪਲਾਨ ਸੀਗਾ ਬਟ ਸਾਡੇ ਮਤਲਬ ਕਿ ਸਾਹਮਣੇ ਨਹੀਂ ਉਹ ਪੇਸ਼ ਕੀਤਾ ਗਿਆ ਕਿਸ ਤਰ੍ਹਾਂ ਕੀ ਗੱਲਬਾਤ ਕੋਈ ਸਮਝ ਨਹੀਂ ਤੁਹਾਨੂੰ ਦਿੱਤਾ ਨਹੀਂ ਉਹਨਾਂ ਨੇ ਇਨਾਮ ਜਾਂ ਕੋਈ ਪਲੇਟਫਾਰਮ ਨਹੀਂ ਦਿੱਤਾ ਹਾਂਜੀ ਬਸ ਉਸ ਤੋਂ ਬਾਅਦ ਸ਼ੋਅ ਵਗੈਰਾ ਲਾਏ ਕਾਫੀ ਚੱਲਦੇ ਸ਼ੋਅ ਵਗੈਰਾ ਜਾ ਰਹੇ ਤੁਸੀਂ ਹੁਣ ਜਾਂ ਟਰੈਕ ਹੀ ਗੱਡੇ ਜਾਂ ਪੂਰੇ ਪ੍ਰੋਪਰ ਸ਼ੋਅਜ਼ ਲਗਾਉਂਦੇ ਹੋ ਹਾਂ ਸ਼ੋਅਜ਼ ਵੀ ਲਗਾਏ ਆ ਲਗਾਉਣਾ ਸ਼ੋਅ ਵੀ ਤੇ ਟਰੈਕ ਵੀ ਆਪਣੇ ਦੋ ਆਏ ਨੇ ਹਾਂਜੀ ਹਾਂਜੀ ਬਿਲਕੁਲ ਤੇ ਜਦੋਂ ਨਵੇਂ ਸਿੰਗਿੰਗ ਲਾਈਨ 'ਚ ਅਸੀਂ ਆਉਂਦੇ ਹਾਂ ਤੇ ਘਰ ਦੇ ਕਈ ਵਾਰ ਸਪੋਰਟ ਨਹੀਂ ਕਰਦੇ ਕਈ ਵਾਰ ਸਾਨੂੰ ਸੁਣਨ ਨੂੰ ਮਿਲਿਆ ਕਿ ਮੇਰੇ ਘਰਦਿਆਂ ਨੇ ਮੈਨੂੰ ਸਪੋਰਟ ਨਹੀਂ ਕੀਤੀ ਜਾਂ ਕੁਝ ਹੋਰ ਹੋ ਗਿਆ ਤੇ ਤੁਹਾਡੇ ਘਰਦਿਆਂ ਨੇ ਤੁਹਾਨੂੰ ਸਪੋਰਟ ਕੀਤੀ ਜਾਂ ਫਿਰ ਨਹੀਂ ਇਸ ਫੀਲਡ ਵਿੱਚ ਆਉਣ ਲਈ ਘਰਦਿਆਂ ਨੇ ਸਪੋਰਟ ਤਾਂ ਹਰ ਵੇਲੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਹੀ ਸਪੋਰਟ ਕਰਦੇ ਆ ਕਿਉਂਕਿ ਘਰਦਿਆਂ ਤੋਂ ਬਿਨਾਂ ਮਾਂ ਪਿਓ ਤੋਂ ਬਿਨਾਂ ਕੁਝ ਨਹੀਂ ਹੈ ਹਾਂਜੀ ਮੈਂ ਤਾਂ ਹੀ ਕਰਕੇ ਪੁੱਛਿਆ ਤੁਹਾਡੇ ਘਰਦਿਆਂ ਨੇ ਕਿੰਨੀ ਸਪੋਰਟ ਕੀਤੀ ਕਾਫੀ ਉਹਨਾਂ ਨੂੰ ਵੀ ਉਮੀਦ ਆ ਕਿ ਸਾਡਾ ਬੱਚਾ ਅੱਗੇ ਤੱਕ ਜਾਵੇ ਕਿ ਨਾਮ ਉਹਨਾਂ ਦਾ ਰੋਸ਼ਨ ਹੋਵੇ ਤਾਂ ਉਹਨਾਂ ਨੂੰ ਬੜੀ ਖੁਸ਼ੀ ਪਹਿਲੇ ਘਰਦਿਆਂ ਨੇ ਸਪੋਰਟ ਕੀਤੀ ਤੇ ਦੂਜੇ ਨੰਬਰ ਤੇ ਬਾਹਰ ਵੀ ਹੁੰਦਾ ਕੋਈ ਨਾ ਕੋਈ ਸਾਡਾ ਗੁੱਡ ਲੱਕ ਚਾਮ ਉਹ ਉਸ ਤੋਂ ਬਾਹਰ ਜਦੋਂ ਨਿਕਲਦੇ ਸਭ ਤੋਂ ਵੱਧ ਫੀਲਡ 'ਚ ਕਿੰਨੇ ਸਪੋਰਟ ਕੀਤੀ ਤੁਹਾਡੀ ਕੋਈ ਯਾਰ ਮਿੱਤਰ ਹੁੰਦਾ ਜਾਂ ਸਭ ਤੋਂ ਵੱਧ ਸਪੋਰਟ ਕਰਨ ਵਾਲਾ ਜੀ ਮੇਰੇ ਨਾਲ ਮੇਰੇ ਹੈ ਮੇਰੇ ਵੱਡੇ ਭਾਜੀ ਆ ਜੋ ਕਿ ਜਿਨ੍ਹਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ ਮੇਰੇ ਹੈ ਨੇ ਭਾਜੀ ਆਪਣੇ ਤੇ ਉਹਨਾਂ ਨੇ ਮੈਨੂੰ ਹਜੇ ਤੱਕ ਵੀ ਚਲੋ ਸਪੋਰਟ ਕਰਦੇ ਨੇ ਕਾਫੀ ਤੱਕ ਸਪੋਰਟ ਕਰਦੇ ਨੇ ਹਾਂਜੀ ਪਹਿਲੇ ਕਿਹਾ ਜਾਂਦਾ ਸੀ ਨਾ ਇੱਟ ਪੁੱਟੋ ਤੇ ਸਿੰਗਰ ਨਿਕਲ ਆਉਂਦਾ ਬਿਲਕੁਲ ਜੀ ਬਿਲਕੁਲ ਬਟ ਹੁਣ ਇਦਾਂ ਨਹੀਂ ਕਿਹਾ ਜਾਂਦਾ ਹੁਣ ਕਿਹਾ ਜਾਂਦਾ ਕਿ ਉਦਾਂ ਹੀ ਸਿੰਗਰ ਬਹੁਤ ਹੋ ਗਏ ਨੇ ਕਿ ਅਸੀਂ ਕਹਿ ਸਕਦੇ ਹਾਂ ਕਿ ਸਿੰਗਿੰਗ ਲਾਈਨ 'ਚ ਬਹੁਤ ਜ਼ਿਆਦਾ ਕੰਪੀਟੀਸ਼ਨ ਵੱਧ ਚੁੱਕਿਆ ਤੇ ਇਸ ਮਾਹੌਲ ਵਿੱਚ ਤੁਸੀਂ ਆਪਣੇ ਆਪ ਨੂੰ ਕਿੱਦਾਂ ਮੈਨੇਜ ਕੀਤਾ ਜਾਂ ਕਿੱਦਾਂ ਮੈਨੇਜ ਕਰਦੇ ਹੋ ਇਹ ਤਾਂ ਜੀ ਆਪਣਾ ਆਪਣਾ ਸਾਰਾ ਦਾ ਤਰੀਕਾ ਹੈ ਕਿੱਦਾਂ ਚੱਲਣਾ ਲਾਈਫ ਵਿੱਚ ਕਿਸ ਤਰ੍ਹਾਂ ਆਪਣੇ ਆਪ ਨੂੰ ਸਟਰਗਲ ਜਾਂ ਮਿਹਨਤ ਕਰਕੇ ਅੱਗੇ ਤੱਕ ਲੈ ਕੇ ਆਉਣਾ ਹਰ ਕਿਤੇ ਆਪਣਾ ਆਪਣਾ ਢੰਗ ਹੈ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਉਸ ਤਰ੍ਹਾਂ ਹੀ ਆਪਣੇ ਆਪ ਹਾਂਜੀ ਹਾਂਜੀ ਬਿਲਕੁਲ ਜੀ ਮੈਂ ਵੀ ਮਿਹਨਤ ਕਰ ਰਿਹਾ ਸਟਰਗਲ ਚੱਲ ਰਹੀ ਹੈ ਬਸ ਬਾਬਾ ਜੀ ਮਿਹਰ ਕਰਨਗੇ
ਜ਼ਰੂਰ ਟਾਈਮ ਆਉਂਦਾ, ਹਰ ਕਿਸੇ ਦਾ ਟਾਈਮ ਆਉਂਦਾ ਹੈ। ਤੇ ਇਸ ਫੀਲਡ ਵਿੱਚ ਤੁਹਾਨੂੰ ਕਿਸੇ ਨੇ ਡੀਮੋਟੀਵੇਟ ਨਹੀਂ ਕੀਤਾ ਕਿ ਰਹਿਣ ਦੇ ਤੇਰੇ ਤੋਂ ਹੋਣਾ ਨਹੀਂ ਹੈ ਜਾਂ ਫਿਰ ਕੁਝ ਇਦਾਂ ਦਾ? ਕਿਉਂਕਿ ਜਿੱਥੇ ਮੋਟੀਵੇਟ ਕਰਨ ਵਾਲੇ ਹੁੰਦੇ ਉੱਥੇ ਡੀਮੋਟੀਵੇਟ ਕਰਨ ਵਾਲੇ ਵੀ ਬਹੁਤ ਮਿਲ ਜਾਂਦੇ ਆ, ਹੁੰਦੇ ਨੇ, ਬਾਕੀ ਉਹ ਬੈਠਾ ਦੇਖਣ ਵਾਲਾ, ਬਸ ਆਪਾਂ ਲੱਗੇ ਆ ਆਪਣੇ ਕੰਮ 'ਚ। ਹਾਂਜੀ ਹਾਂਜੀ ਬਿਲਕੁਲ, ਆਉਣ ਵਾਲਾ ਪ੍ਰੋਜੈਕਟ ਕੋਈ ਹੋਵੇ ਤੁਹਾਡਾ ਅੱਗੋਂ ਉਹ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਬਿਲਕੁਲ ਜੀ ਬਿਲਕੁਲ, ਮੈਂ ਐਕਚੁਅਲੀ ਭਜਨ ਕਰ ਰਿਹਾ ਹੁਣ, ਡਿਵੋਸ਼ਨਲ ਕਰ ਰਿਹਾ ਭਜਨ, ਫਿਰ ਉਸ ਤੋਂ ਬਾਅਦ ਅਗਲਾ ਟਰੈਕ ਵੀ ਕਰਾਂਗੇ ਜਲਦੀ। ਹਾਂਜੀ ਹਾਂਜੀ, ਤੇ ਉਸ ਭਜਨ ਦੀਆਂ ਕੁਝ ਲਾਈਨਾਂ ਸਾਡੇ ਦਰਸ਼ਕਾਂ ਨਾਲ ਸਾਂਝਾ ਜੇ ਕਰੋ ਤੇ ਬਹੁਤ ਹੀ ਵਧੀਆ ਸਬੱਬ ਬਣ ਜਾਏਗਾ। ਬਿਲਕੁਲ, ਇਹ ਭਜਨ ਐਕਚੁਅਲੀ ਮੈਂ ਦੱਸਣਾ ਚਾਹਾਂਗਾ ਸਾਰਿਆਂ ਨੂੰ, ਜੋ ਕਿ ਫਿਰੋਜ਼ ਖਾਨ ਜੀ ਦਾ ਭਜਨ ਹੈ, ਕ੍ਰਿਸ਼ਨਾ ਤੇਰੀ ਮੁਰਲੀ ਤੇ। ਹਾਂਜੀ, ਆਪਾਂ ਉਹੀ ਕੰਪੋਜੀਸ਼ਨ ਆ, ਉਹ ਤੇ ਆਪਾਂ ਲਿਰਿਕਸ ਆਪ ਕੀਤੇ ਨੇ, ਕੋਸ਼ਿਸ਼ ਕੀਤੀ ਹੈ, ਸੋ ਉਹੀ ਮੈਂ ਭਜਨ ਉਸਦੇ ਜ਼ਰੀਏ ਆਪਦੇ ਪੇਸ਼ੇ ਖਿਦਮਤ ਕਰ ਰਿਹਾ। ਹਾਂਜੀ ਹਾਂਜੀ ਜ਼ਰੂਰ। ਜੋਗੀਆ ਤੇਰੇ ਚਿਮਟੇ ਤੇ ਭਲਾ ਕੌਣ ਨੱਚਦਾ, ਜੋਗੀਆ ਤੇਰੇ ਚਿਮਟੇ ਤੇ ਭਲਾ ਕੌਣ ਨੱਚਦਾ। ਬਹੁਤ ਖੂਬ, ਸੁਣਿਆ ਸੁਣਿਆ ਲੱਗ ਰਿਹਾ ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਹਾਂਜੀ ਹਾਂਜੀ, ਇਹ ਮੈਂ ਕਾਫੀ ਹੱਦ ਤੱਕ ਜਿੱਥੇ ਵੀ ਗਾਇਆ ਭਜਨ, ਇਹ ਆਪ ਲਾਈਨਾਂ ਲਿਰਿਕਸ ਲਿਖੇ ਨੇ, ਜਿੱਥੇ ਵੀ ਗਾਇਆ ਬੜਾ ਪਿਆਰ ਮਾਣ ਮਿਲਦਾ। ਬੜੀ ਬੜੀ ਜਗ੍ਹਾ ਸ਼ੇਰ 'ਚ, ਜਲੰਧਰ, ਹੁਸ਼ਿਆਰਪੁਰ, ਕਾਫੀ ਜਗ੍ਹਾ ਮੈਂ ਭਜਨ ਗਾਇਆ ਅਤੇ ਬੜਾ ਪਿਆਰ ਮਿਲਿਆ। ਸੋ ਮੈਂ ਉਮੀਦ ਕੀਤੀ ਕਿ ਇਸ ਭਜਨ ਨੂੰ, ਅਸੀਂ ਉਮੀਦ ਕਰਦੇ ਹਾਂ, ਸਾਡੇ ਜੀਵੇ ਪੰਜਾਬ ਦੀ ਟੀਮ ਉਮੀਦ ਕਰਦੀ ਕਿ ਤੁਹਾਡਾ ਇਹ ਭਜਨ ਬਹੁਤ ਹਿੱਟ ਜਾਵੇ, ਬਹੁਤ ਸੁਪਰ ਹਿੱਟ ਜਾਵੇ। ਸੋ ਤੁਸੀਂ ਪਹਿਲੇ ਦੱਸਿਆ ਸੀ ਮੈਨੂੰ ਪਹਿਲੇ ਸਵਾਲ 'ਚ ਕਿ ਬਚਪਨ ਤੋਂ ਹੀ ਮੈਨੂੰ ਸ਼ੌਂਕ ਸੀ ਗਾਉਣ ਦਾ, ਅਤੇ ਐਸਾ ਕਿਹੜਾ ਗੀਤ ਸੀ ਜਿਹੜਾ ਤੁਸੀਂ ਬਚਪਨ 'ਚ ਹੀ ਗਾਉਂਦੇ ਹੁੰਦੇ ਸੀ? ਕਿੱਥੋਂ ਸ਼ੌਂਕ ਹੈ ਆਇਆ ਅੱਗੇ? ਇਹ ਬਚਪਨ ਤੋਂ ਜਿਹੜਾ ਮੈਂ ਸਿੱਖਿਆ ਸੀਗਾ ਉਸਤਾਦ ਜੀ ਕੋਲੋਂ ਆਪਣਾ, ਕਾਫੀ ਮੈਨੂੰ ਉਹਨਾਂ ਨੇ ਕਾਫੀ। ਮੈਂ ਸਵਾਲ ਤੇ ਇੱਥੇ ਤੁਹਾਨੂੰ ਟੋਕ ਰਹੀ ਹਾਂ ਵੈਸੇ, ਪਰ ਮੈਂ ਪੁੱਛਣਾ ਚਾਹੂੰਗੀ ਆਪਣੇ ਦਰਸ਼ਕਾਂ ਲਈ ਕਿ ਤੁਹਾਡੇ ਉਸਤਾਦ ਜੀ ਕੌਣ ਸੀ? ਉਸਤਾਦ ਜੀ ਬਾਰੇ ਜ਼ਰੂਰ ਦੱਸੋ ਇਸ ਸਵਾਲ ਤੋਂ ਪਹਿਲੇ, ਉਸਤਾਦ ਜੀ ਬਾਰੇ ਸਾਨੂੰ ਜ਼ਰੂਰ। ਬਿਲਕੁਲ ਬਿਲਕੁਲ, ਮੈਂ ਦੱਸਣਾ ਚਾਹਾਂਗਾ ਆਪਣੇ ਉਸਤਾਦ ਜੀ ਬਾਰੇ। ਮੇਰੇ ਉਸਤਾਦ ਜੀ ਜੋ ਕਿ ਜਿਨ੍ਹਾਂ ਦੀ ਅਕੈਡਮੀ ਹੈ ਆਪਣੇ ਅੰਮ੍ਰਿਤਸਰ ਵਿੱਚ ਹੀ ਹੈ। ਹਾਂਜੀ ਹਾਂਜੀ, ਗੁਰੂ ਨਾਨਕ ਸੰਗੀਤ ਅਕੈਡਮੀ ਹੈ, ਅਤੇ ਮੇਰੇ ਉਸਤਾਦ ਜੀ ਮਨੀ ਸੂਫੀ ਜੀ ਨੇ, ਜਿਨ੍ਹਾਂ ਕੋਲੋਂ ਮੈਂ ਜੋ ਕੁਝ ਵੀ ਉਹਨਾਂ ਦੀ ਕਿਰਪਾ ਦੇ ਨਾਲ ਮੈਂ। ਤੇ ਉਹਨਾਂ ਕੋਲੋਂ ਕੋਈ ਹੋਰ ਵੀ ਸਿੰਗਰ ਸਿੱਖ ਕੇ ਗਏ ਨੇ ਜਾਂ ਫਿਰ ਤੁਸੀਂ ਲੈਵਲ ਅਚੀਵ ਕੀਤਾ? ਬਿਲਕੁਲ ਜੀ ਬਿਲਕੁਲ, ਕਾਫੀ ਜਾਣੇ ਬੱਚੇ ਕਾਫੀ ਅੱਗੇ ਤੱਕ ਗਏ ਨੇ, ਜਿਸ ਤਰ੍ਹਾਂ ਕਿ ਮੈਂ ਨਾਂ ਲਵਾਂਗਾ ਸਾਰਿਆਂ ਦਾ ਜਿਹੜੇ ਜਿਹੜੇ ਮੇਰੇ ਸਾਹਮਣੇ ਜਿਹੜੇ ਸਿੱਖਦੇ ਰਹੇ ਨੇ। ਹਾਂਜੀ, ਮਨੀ ਲਾੜਲਾ ਭਾਅ ਜੀ, ਨਾਜ਼ਦੀਪ ਜੋ ਕਿ ਕਾਫੀ ਹੱਦ ਤੱਕ ਵਾਇਰਲ ਹੋਈ ਹੈ, ਸ਼ਾਇਦ ਤੁਹਾਨੂੰ ਪਤਾ ਹੋਏਗਾ ਨਾਜ਼ਦੀਪ। ਹਾਂਜੀ ਹਾਂਜੀ ਬਿਲਕੁਲ ਜੀ, ਕਾਫੀ ਹੱਦ ਤੱਕ ਵਾਇਰਲ ਹੋਈ ਹੈ ਕਾਫੀ ਜ਼ਿਆਦਾ, ਉਹ ਵੀ ਉਸਤਾਦ ਜੀ ਕੋਲ ਹੀ ਸਿੱਖ ਕੇ ਗਏ ਨੇ। ਮਨੀ ਲਾੜਲਾ ਭਾਅ ਜੀ, ਜੱਗੀ ਜਾਗੋਵਾਲ ਭਾਅ ਜੀ ਜੋ ਕਿ ਕਾਫੀ ਰਾਈਟਰ ਨੇ ਬਹੁਤ ਵਧੀਆ, ਉਹ ਵੀ ਉਸਤਾਦ ਜੀ ਕੋਲ ਸਿੱਖ ਕੇ ਗਏ ਨੇ। ਸਨੈਪੀ ਭਾਅ ਜੀ ਆ, ਕਾਫੀ ਜਾਣੇ ਸਿੱਖ ਕੇ ਗਏ ਨੇ ਉਸਤਾਦ ਜੀ ਕੋਲ, ਤੇ ਹੁਣ ਤੁਸੀਂ ਵੀ ਉਹਨਾਂ ਕੋਲ ਹੀ ਸਿੱਖਿਆ? ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਬਹੁਤ। ਤੁਸੀਂ ਮੈਨੂੰ ਪੁੱਛਿਆ ਸੀ ਨਾ ਕਿ ਉਹਨਾਂ ਕੋਲ ਸਿੱਖਿਆ ਬਚਪਨ ਦੇ ਵਿੱਚ ਮੇਰਾ ਸੀਗਾ, ਉਹਨਾਂ ਨੇ ਮੈਨੂੰ ਸੀਗਾ ਇੱਕ ਨੁਸਰਤ ਫਤਿਹ ਅਲੀ ਖਾਨ ਜੀ ਦਾ ਸੀਗਾ, ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ। ਸੋ ਮੈਂ ਆਪਦੀ ਦੋ ਲਾਈਨਾਂ ਜੇ ਤੁਸੀਂ ਕਹੋਗੇ ਤਾਂ ਜ਼ਰੂਰ ਦੋ ਲਾਈਨਾਂ ਸੁਣਾਉਣੀਆਂ, ਤੇ ਮੈਂ ਚਾਹਾਂਗੀ ਕਿ ਹਾਰਮੋਨੀਅਮ ਤੇ ਸੁਣਾਓ ਸਾਨੂੰ ਉਹ ਦੋ ਲਾਈਨਾਂ। ਬਿਲਕੁਲ ਜੀ ਬਿਲਕੁਲ, ਹਾਂਜੀ ਹਾਂਜੀ ਜ਼ਰੂਰ। ਬਹੁਤ
ਵਧੀਆ ਬਹੁਤ ਵਧੀਆ ਹੁਣ ਹਾਰਮੋਨੀਅਮ ਤੇ ਰੱਖਿਆ ਮੈਂ ਤੁਹਾਨੂੰ ਇਦਾਂ ਨਹੀਂ ਜਾਣ ਦੇਣਾ ਹੋਰ ਦੋ ਤਿੰਨ ਗੀਤ ਸੁਣਾ ਕੇ ਜਾਓ ਸਾਨੂੰ ਸਾਡੇ ਦਰਸ਼ਕਾਂ ਲਈ ਹਾਂਜੀ ਹਾਂਜੀ ਬਿਲਕੁਲ ਹੋਰ ਗੀਤ ਸੁਣਾਓ ਸਾਨੂੰ ਹਾਂਜੀ ਮੈਨੂੰ ਇੱਕ ਗਾਣਾ ਬੜਾ ਵਧੀਆ ਲੱਗਦਾ ਹੈ ਹਾਂਜੀ ਹਾਂਜੀ ਫਿਰੋਜ਼ ਖਾਨ ਸਾਹਿਬ ਜੀ ਦਾ ਜੀ ਜੀ ਬਹੁਤ ਵਧੀਆ ਸੁਰੀਲੇ ਆਰਟਿਸਟ ਨੇ ਹਾਂ ਤੇ ਸਬਕ ਬਹੁਤ ਸੋਹਣਾ ਬਣਿਆ ਤੇ ਬਣਾਈ ਰੱਖੋ ਥੋੜੀ ਦੇਰ ਤੁਸੀਂ ਵੈਸੇ ਵੀ ਲੇਟ ਆਏ ਹੋ ਕਰਦਾ ਮੈਂ ਸੁਣੀ ਜਾਵਾਂ ਤੁਹਾਨੂੰ ਬਿਠਾ ਕੇ ਪਰ ਮੇਰੇ ਦਰਸ਼ਕਾਂ ਨਾਲ ਉਹਨਾਂ ਨੇ ਕਹਿਣਾ ਇਹਨਾਂ ਨੇ ਬਿਠਾ ਹੀ ਲਿਆ ਸਮੇਂ ਦੀ ਘਾਟ ਹੋਣ ਕਰਕੇ ਤੁਹਾਨੂੰ ਛੱਡਣਾ ਪੈ ਰਿਹਾ ਵੈਸੇ ਤੁਸੀਂ ਲੇਟ ਆਏ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸ਼ੋਅ ਵਿੱਚ ਆਉਣ ਲਈ ਆਪਣਾ ਕੀਮਤੀ ਸਮਾਂ ਦੇਣ ਲਈ ਸੋ ਇਹ ਸੀ ਅਮਿਤ ਸਨਾ ਜੀ ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚੋਂ ਸਾਨੂੰ ਕੁਝ ਸਮਾਂ ਦਿੱਤਾ ਅਤੇ ਸਾਡੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਸਮਾਂ ਕੁਝ ਜ਼ਿਆਦਾ ਕੀਮਤੀ ਸੀ ਵੈਸੇ ਸੋ ਅਗਲੀ ਵਾਰ ਫਿਰ ਕਿਸੇ ਚੜ੍ਹਦੇ ਸਤਰਨ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਧੰਨਵਾਦ ਥੈਂਕ ਯੂ ਤਾਂ ਤੁਸੀਂ ਦੇਖ ਰਹੇ ਸੀ ਜੀਵੇ ਪੰਜਾਬ ਟੀਵੀ ਜਿੱਥੇ ਤੁਹਾਨੂੰ ਮਿਲਣਗੇ ਹਰ ਰਾਜਨੀਤਿਕ ਕਿੱਸੇ ਅਤੇ ਦੇਸ਼ ਵਿਦੇਸ਼ ਦੀ ਹਰ ਛੋਟੀ ਵੱਡੀ ਖਬਰ ਅਗਰ ਤੁਸੀਂ ਸਾਡੀ ਖਬਰ ਫੇਸਬੁੱਕ ਪੇਜ 'ਤੇ ਦੇਖ ਰਹੇ ਸੀ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਅਤੇ ਫੋਲੋ ਕਰੋ ਅਗਰ ਤੁਸੀਂ ਸਾਡੀ ਖਬਰ ਯੂਟਿਊਬ ਪੇਜ 'ਤੇ ਦੇਖ ਰਹੇ ਸੀ ਤਾਂ ਸਾਡੇ ਪੇਜ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਅਤੇ ਤੁਹਾਨੂੰ ਹਰ ਛੋਟੀ ਵੱਡੀ ਖਬਰ ਦਾ ਤੁਹਾਡੇ ਮੋਬਾਈਲ 'ਤੇ ਮਿਲੇਗਾ ਇੱਕ ਨੋਟੀਫਿਕੇਸ਼ਨ ਤਾਂ ਜੁੜੇ ਰਹੋ ਜੀਵੇ ਪੰਜਾਬ ਟੀਵੀ ਦੇ ਨਾਲ